ਸਵੇਰ ਦਾ ਬੰਦੇ ਮੈਂ ਹੈਰਾਨ ਹੋ ਗਿਆ ਬਈ ਇਹਨੇ ਤੁਹਾਨੂੰ ਫੋਨ ਕੀਤਾ ਤੁਸੀਂ ਫੋਨ ਹੀ ਨਹੀਂ ਚੁੱਕਦੇ ਯਾਰ ਅੱਛਾ ਉਹ ਮੇਰੇ ਇੱਕ ਦੋਸਤ ਆ ਉਹ ਕਹਿੰਦੇ ਨੇ ਵੀ ਅਸੀਂ ਪਾਕਿਸਤਾਨ ਵਿੱਚ ਫਿਲਮ ਬਣਾਉਣੀ ਪੁੱਛ ਕਿਉਂ ਕਹਿੰਦੇ ਪਾਕਿਸਤਾਨੀ ਫਿਲਮਾਂ ਸੁਪਰ ਹਿੱਟ ਜਾ ਰਹੀਆਂ ਤੇ ਅਸੀਂ ਇਨਵੈਸਟਮੈਂਟ ਕਰਨੀ ਹੈ ਯਾਰ ਤੇ ਕਹਿੰਦੇ ਨੇ ਵਾਸ ਚੌਧਰੀ ਸਾਹਿਬ ਜਿਹੜੇ ਨੇ ਉਹ ਮੈਂ ਸੁਣਿਆ ਤੁਹਾਡੇ ਮਿਲਣ ਵਾਲੇ ਨੇ ਤੇ ਬੜੇ ਮਿਲਣਸਾਰ ਨੇ ਮੈਂ ਕਿਹਾ ਨਹੀਂ ਪਹਿਲੀ ਗੱਲ ਤੁਹਾਡੀ ਠੀਕ ਹੈ ਦੂਸਰੀ ਗੱਲ ਤੇ ਬਾਅਦ ਵਿੱਚ ਆਰਾਮ ਨਾਲ ਬਹਿ ਕੇ ਗੱਲ ਕਰ ਤੇ ਮੈਂ ਕਿਹਾ ਸਰ ਕਹਾਣੀ ਤੁਸੀਂ ਕਿਸ ਤਰ੍ਹਾਂ ਦੀ ਲਿਖਾਉਣਾ ਚਾਹੁੰਦੇ ਹੋ ਕਹਿੰਦੇ ਨੇ ਸਸਪੈਂਸ ਹੋਵੇ ਫਿਲਮ ਦੇ ਵਿੱਚ ਅੱਛਾ ਨਾਲੇ ਉਹਦੇ ਟਵਿਸਟ ਹੋਣ ਬੜੇ ਤੇ ਪਬਲਿਕ ਨੂੰ ਪਤਾ ਨਾ ਲੱਗੇ ਵੀ ਅੱਗੇ ਕੀ ਹੋਣ ਹਰ ਹੱਥ ਤੇ ਕਹਾਣੀ ਚੇਂਜ ਹੋਵੇ ਇੱਧਰ ਕਹਾਣੀ ਜਾ ਰਹੀ ਤੇ ਜਾਂਦੀ ਜਾਂਦੀ ਐ ਨੂੰ ਹੋ ਜਾਵੇ ਕਹਿੰਦੇ ਨੇ ਯਾਰ ਐਸੀ ਕਹਾਣੀ ਹੋਵੇ ਵੀ ਪਬਲਿਕ ਸੋਚੀ ਪੈ ਜਾਵੇ ਅਬ ਕਿਆ ਹੋਗਾ ਅਬ ਕਿਆ ਹੋਗਾ ਅਬ ਕਿਆ ਹੋਗਾ ਲੇਕਿਨ ਵੋ ਨਾ ਹੋ ਜਾਓ ਉਹ ਸੋਚ ਰਹੇ ਹੋ ਠੀਕ ਹੈ ਮੈਂ ਕਿਹਾ ਫਿਰ ਪੁੱਤਰੇ ਵਾਸੇ ਚੌਧਰੀ ਵਾਸ ਦਾ ਰੋਗ ਨਹੀਂ ਬਿਲਕੁਲ ਮੈਂ ਕਿਹਾ ਗਿਆ ਡਾਲਾ ਏਅਰਪੋਰਟ ਤੇ ਗਿਆ ਸਿੱਧਾ ਦੁਬਈ ਉੱਥੋਂ ਲਿਆ ਡਾਲਾ ਬੁਰਜਲ ਅਰਬ ਦੇ ਤੱਲੇ ਜਾ ਕੇ ਪਾਰ ਕੀਤਾ ਮੇਰਾ ਸਰਦਾਰੀ ਸਾਹਿਬ ਨੂੰ ਸਲੂਟ ਮਾਰਿਆ ਠੀਕ ਹੈ ਲਿਖਦੀ ਅੱਛਾ ਬੜੇ ਬੜੇ ਟਰੈਕ ਚੇਂਜ ਕਰਨੇ ਪੈਂਦੇ ਨੇ ਠੀਕ ਹੈ ਤੇ ਮੈਂ ਕਿਹਾ ਸਰ ਇਸ ਫਿਲਮ ਦਾ ਕੀ ਕਰੋਗੇ ਹਾਂ ਕਹਿੰਦੇ ਨੇ 10% ਐਡਵਾਂਸ ਦੇ ਦਿਓ ਹਾਂ ਲਿਖ ਦੇਣਗੇ ਠੀਕ ਹੈ ਤੇ ਮੈਂ ਕਿਹਾ ਸਰ ਕਦੋਂ ਤੱਕ ਲਿਖ ਦਿਓਗੇ ਕਹਿੰਦੇ ਨੇ ਇਲੈਕਸ਼ਨ ਤੋਂ ਬਾਅਦ ਓਕੇ ਮੈਂ ਕਿਹਾ ਸਰ ਇੰਨੀ ਦੇਰ ਲਾਓਗੇ ਹਾਂ ਕਹਿੰਦੇ ਨੇ ਪਹਿਲੀ ਜਿਹੜੀ ਫਿਲਮ ਚਲਾਈ ਏ ਹਾਂ ਉਹਦੇ ਪੈਸੇ ਤੇ ਮਹਿਸੂਲ ਹੋਣ ਦੇ ਫਿਰ ਨਹੀਂ ਲਿਖਣਗੇ ਪਤਾ ਨੀ ਕਦੋਂ ਲਿਖਣਗੇ ਤੇ ਮੈਂ ਕਹਿਣਾ ਵੀ ਤੁਹਾਨੂੰ ਮੈਂ ਵਨ ਲਾਈਨ ਸੁਣਾ ਦਿਆਂ ਕਿਸੇ ਲਈ ਬਹਿ ਕੇ ਅਭੀ ਤਾਂ ਮੈਂ ਸ਼ੋਅ ਕੇ ਦਰਮਿਆਨ ਨਹੀਂ ਹੋਈ ਬਾਤ ਹੋ ਗਈ ਓ ਮੇਰੇ ਮੀਆਂ ਸਾਹਿਬ ਲੋਧਰਾਂ ਦੇ ਬਾਦਸ਼ਾਹ ਹੈਗੇ ਨੇ ਮਾਸ਼ਾਅੱਲਾ ਮੈਂ ਤੇ ਉਦੋਂ ਦਾ ਖਿਦਮਤਗਾਰ ਜਦੋਂ ਪੀਪਲਸ ਪਾਰਟੀ ਚ ਹੁੰਦੇ ਸਨ ਇਸ ਗੱਲ ਦਾ ਬੁਰਾ ਇਸ ਵਾਸਤੇ ਨਹੀਂ ਮਨਾਇਆ ਹੋਣਾ ਕਿਉਂਕਿ ਹੁਣ ਪੀਟੀਆਈ ਚ ਨੇ ਜੀ ਸਾਹਿਬ ਤੇ ਹਜ਼ੂਰ ਸਭ ਖੈਰੀਅਤ ਹੈ ਅਲਹਮਦੁਲਿਲਾ ਬਿਲਕੁਲ ਕੋਈ ਫੇਰ ਜਿੱਤੇ ਹੋ ਤੁਸੀਂ ਹਰ ਵਾਰ ਜਿੱਤੋਗੇ ਪੁੱਛੋ ਕਿ ਆਉਂ ਕਿਉਂ ਮੈਂ ਕਹਿੰਦਾ ਸਰ ਗਰੀਬਾਂ ਦੀ ਇੰਨੀ ਖਿਦਮਤ ਕਰਦੇ ਨੇ ਹਾਂ ਕਿ ਜ਼ਾਹਿਰ ਹੈ ਕੁਛ ਨਾ ਕੁਛ ਬਚਦਾ ਹੀ ਹੋਣਾ ਆਪਣੇ ਇਲਾਕੇ ਦੇ ਗਰੀਬਾਂ ਦੇ ਬੱਚੇ ਇਹਨਾਂ ਨੇ ਪੜ੍ਹਾਏ ਨੇ ਉਹਨਾਂ ਦੀ ਤਰਬੀਅਤ ਕੀਤੀ ਐਵੇਂ ਤੇ ਨਾ ਇਲੈਕਸ਼ਨ ਜਿੱਤੇ ਹਰ ਬੰਦਾ ਆਪਣੇ ਪੈਸੇ ਨਾਲ ਪੋਸਟਰ ਲਾਉਂਦਾ ਹਾਲਾਤ ਬਦਲਦੇ ਜਾ ਰਹੇ ਨੇ ਫਰੈਸ਼ ਫੋਟੋ ਚਾਹੀਦੀ 20 ਸਾਲ ਪਹਿਲਾਂ ਹੁੰਦੇ ਹੁਣ ਕਿੱਥੇ ਮੇਰੇ ਦੋਸਤ ਹੈਗੇ ਕਹਿੰਦੇ ਨੇ ਸਾਰਿਆਂ ਦੀ ਫੋਟੋ ਲਿਆਓ ਕੋਈ ਪਤਾ ਨੀ ਹਾਲਾਤ ਮੈਡਮ ਕਹਿੰਦੇ ਸੈਲਫੀ ਪਲੀਜ਼ ਮੈਨੇ ਐਕਚੁਅਲੀ ਨਾ ਜੀ ਆਪਣਾ ਸੋਸ਼ਲ ਮੀਡੀਆ ਪੇ ਅਕਾਊਂਟ ਬਣਾਇਆ ਹੈ ਲੇਕਿਨ ਉਹ ਬਣਾ ਨਹੀਂ ਹੈ ਤੇਰਾ ਚੂਹੇ ਦੀ ਫੋਟੋ ਕਿਉਂ ਲੱਗੀ ਉੱਤੇ